ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਦੇ ਫੋਨ 'ਤੇ ਫੋਨ ਗਿਆ ਸੀਗਾ ਜੀ, ਅਤੇ ਅਸੀਂ 5-4 ਮਿੰਟ ਦੇ ਵਿੱਚ ਅੱਗ 'ਤੇ ਛੇਤੀ ਕਾਬੂ ਪਾ ਲਿਆ। ਸਾਡੀਆਂ ਦੋਨੇ ਗੱਡੀਆਂ ਆ ਗਈਆਂ, ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗੀ ਹੈ, ਪਰ ਬਹੁਤ ਜ਼ਿਆਦਾ ਭਿਆਨਕ ਆ ਗਏ ਸੀਗੀ। ਲਗਾਤਾਰ ਉਹਨਾਂ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੂੰ, 6-7 ਗੱਡੀਆਂ ਪਾਣੀ। ਧੰਨਵਾਦ ਆ ਮੁੰਡਿਆਂ ਦਾ, ਇਹਨਾਂ ਦਾ, ਫਾਇਰ ਬ੍ਰਿਗੇਡ ਵਾਲਿਆਂ ਦਾ, ਵਿਚਾਰਿਆਂ ਦਾ, ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਆ ਸਾਰਿਆਂ ਨੇ। ਮੰਜੂ ਬਾਂਸਲ ਨਾਮ ਆ, ਉਹਦੇ ਬੈਠਦੇ ਹੁੰਦੇ ਸੀਗੇ, ਅੰਦਰ ਦੀ ਕਚਰਾ ਖੇਸ ਕਰੈਲਿਆਂ ਦਾ ਕੰਮ ਸੀ, ਖੂਨ ਦਾ ਕੰਮ ਸੀ ਨਾਲ। ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਦੇ ਫੋਨ 'ਤੇ ਫੋਨ ਗਿਆ ਸੀਗਾ ਜੀ, ਅਤੇ ਅਸੀਂ 5-4 ਮਿੰਟ ਦੇ ਵਿੱਚ ਅੱਗ 'ਤੇ ਛੇਤੀ ਕਾਬੂ ਪਾ ਲਿਆ। ਸਾਡੀਆਂ ਦੋਨੇ ਗੱਡੀਆਂ ਆ ਗਈਆਂ, ਅਤੇ ਅਸੀਂ ਸਾਰੇ ਸਾਡੇ ਜਿੰਨੇ ਵੀ ਸਹਿਯੋਗੀ ਨੇ ਗੇ, ਫਾਇਰਮੈਨ ਨੇ ਗੇ, ਅਤੇ ਸਾਰੇ ਸਾਡੇ ਉਰੇ ਪਹੁੰਚ ਚੁੱਕੇ ਨੇ ਗੇ। ਸਾਡੇ ਪ੍ਰਧਾਨ ਜੀ ਨੇ, ਪੰਕਜ ਜੀ, ਗੋਲੂ ਪ੍ਰਧਾਨ ਜੀ, ਸਾਰੇ ਉਰੇ ਪਹੁੰਚੇ ਹੋਏ ਨੇ ਗੇ, ਅੱਗ 'ਤੇ ਕਾਬੂ ਪਾ ਲਿਆ। ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗੀ ਹੈ, ਪਰ ਬਹੁਤ ਜ਼ਿਆਦਾ ਭਿਆਨਕ ਆ ਗਈ ਸੀਗੀ। ਲਗਾਤਾਰ ਉਹਨਾਂ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੂੰ, 6-7 ਗੱਡੀਆਂ ਪਾਣੀ। ਧੰਨਵਾਦ ਆ ਮੁੰਡਿਆਂ ਦਾ, ਇਹਨਾਂ ਦਾ, ਫਾਇਰ ਬ੍ਰਿਗੇਡ ਵਾਲਿਆਂ ਦਾ, ਵਿਚਾਰਿਆਂ ਦਾ, ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਆ ਸਾਰਿਆਂ ਨੇ, ਸਾਰਾ ਮੁਹੱਲੇ ਨੇ, ਸਾਰੇ ਦੁਕਾਨਾਂ ਵਾਲਿਆਂ ਨੇ ਬਹੁਤ ਮਦਦ ਕਰਕੇ ਅੱਗ 'ਤੇ ਕਾਬੂ ਪਾਇਆ। ਸੋ ਦੇਖਦੇ ਹਾਂ ਇਹਨਾਂ ਦਾ ਬਾਅਦ 'ਚ ਵੀ ਕਿੰਨਾ ਕੁ ਨੁਕਸਾਨ, ਜੋ ਮੁਆਵਜ਼ਾ ਇਹਨਾਂ ਨੂੰ ਦੇਵੇ ਸਰਕਾਰ, ਜਿੰਨਾ ਗਰੀਬ ਬੰਦੇ ਨੇ ਜੀ, ਅਤੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਕਿੰਨੇ ਲੱਖ ਦਾ ਨੁਕਸਾਨ? ਅਜੇ ਕੁਛ ਨਹੀਂ, ਇਹ ਬਾਅਦ 'ਚ ਪਤਾ ਲੱਗੂਗਾ ਜੀ ਦੋਨਾਂ। ਮੇਰੀ ਮੰਮੀ ਦੀ ਦੁਕਾਨ ਸੀ ਜੀ, ਮੰਜੂ ਬਾਂਸਲ ਨਾਮ ਆ, ਉਰੇ ਬੈਠਦੇ ਹੁੰਦੇ ਸੀਗੇ, ਜਾਈਆਂ ਦੇ ਅੰਦਰ ਦੀ ਚੱਦਰਾਂ ਖੇਸ ਕਰੈਲਿਆਂ ਦਾ ਕੰਮ ਸੀ, ਖੂਨ ਦਾ ਕੰਮ ਸੀ ਨਾਲ। ਅੱਛਾ, ਕਿੰਨੇ ਲੱਖ ਦਾ ਨੁਕਸਾਨ ਆ? 5-4 ਲੱਖ ਦਾ ਨੋਨ ਜੀ ਕਰਦਾ ਜੀ। ਕੀ ਮੰਗ ਕਰਨਾ ਚਾਹੁੰਦੇ ਹੋ? ਕੀ ਮੰਗੀ ਜੀ? ਕੀ ਬਸ ਕੁਛ ਨਹੀਂ, ਜੇ ਕੋਈ ਸਰਕਾਰ ਦੇ ਸਕਦੀ ਹੈ। ਇੱਥੇ ਕੰਮ ਕਰਦੇ ਹੋ? ਕੀ ਨਾਮ ਹੈ ਮਾਲਕ ਦਾ? ਕੀ ਨਾਮ ਹੈ? ਲਕਸ਼ਮਣ ਦਾਸ। ਕੀ ਹੋਇਆ, ਕੀ ਹੈ? ਅੱਛਾ, ਤਾਰਸ ਪਾਰਕ ਹੋਈ ਹੈ ਇਹਨਾਂ ਦੀ ਬਾਊ ਜੀ ਦੀ ਦੁਕਾਨ। ਕਿੰਨੇ ਸਾਲ ਹੋ ਗਏ? ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਦੇ ਫੋਨ 'ਤੇ ਫੋਨ ਗਿਆ ਸੀਗਾ ਜੀ, ਅਤੇ ਅਸੀਂ 5-4 ਮਿੰਟ ਦੇ ਵਿੱਚ ਅੱਗ 'ਤੇ ਛੇਤੀ ਕਾਬੂ ਪਾ ਲਿਆ। ਸਾਡੀਆਂ ਦੋਨੇ ਗੱਡੀਆਂ ਆ ਗਈਆਂ, ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗੀ ਹੈ, ਪਰ ਬਹੁਤ ਜ਼ਿਆਦਾ ਭਿਆਨਕ ਆ ਗਈ ਸੀਗੀ। ਲਗਾਤਾਰ ਉਹਨਾਂ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੂੰ, 6-7 ਗੱਡੀਆਂ ਪਾਣੀ। ਧੰਨਵਾਦ ਆ ਮੁੰਡਿਆਂ ਦਾ, ਇਹਨਾਂ ਦਾ, ਫਾਇਰ ਬ੍ਰਿਗੇਡ ਵਾਲਿਆਂ ਦਾ, ਵਿਚਾਰਿਆਂ ਦਾ, ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਆ ਸਾਰਿਆਂ ਨੇ। ਮੰਜੂ ਬਾਂਸਲ ਨਾਮ ਆ, ਉਰੇ ਬੈਠਦੇ ਹੁੰਦੇ ਸੀਗੇ, ਜਾਈਆਂ ਦੇ ਅੰਦਰ ਦੀ ਚੱਦਰਾਂ ਖੇਸ ਕਰੈਲਿਆਂ ਦਾ ਕੰਮ ਸੀ, ਖੂਨ ਦਾ ਕੰਮ ਸੀ ਨਾਲ। ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਦੇ ਫੋਨ 'ਤੇ ਫੋਨ ਗਿਆ ਸੀਗਾ ਜੀ, ਅਤੇ ਅਸੀਂ 5-4 ਮਿੰਟ ਦੇ ਵਿੱਚ ਅੱਗ 'ਤੇ ਛੇਤੀ ਕਾਬੂ ਪਾ ਲਿਆ। ਸਾਡੀਆਂ ਦੋਨੇ ਗੱਡੀਆਂ ਆ ਗਈਆਂ, ਅਤੇ ਅਸੀਂ ਸਾਰੇ ਸਾਡੇ ਜਿੰਨੇ ਵੀ ਸਹਿਯੋਗੀ ਨੇ ਗੇ, ਫਾਇਰਮੈਨ ਨੇ ਗੇ, ਅਤੇ ਸਾਰੇ ਸਾਡੇ ਉਰੇ ਪਹੁੰਚ ਚੁੱਕੇ ਨੇ ਗੇ। ਸਾਡੇ ਪ੍ਰਧਾਨ ਜੀ ਨੇ, ਪੰਕਜ ਜੀ, ਗੋਲੂ ਪ੍ਰਧਾਨ ਜੀ, ਸਾਰੇ ਉਰੇ ਪਹੁੰਚੇ ਹੋਏ ਨੇ ਗੇ, ਅੱਗ 'ਤੇ ਕਾਬੂ ਪਾ ਲਿਆ। ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗੀ ਹੈ, ਪਰ ਬਹੁਤ ਜ਼ਿਆਦਾ ਭਿਆਨਕ ਆ ਗਈ ਸੀਗੀ। ਲਗਾਤਾਰ ਉਹਨਾਂ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੂੰ, 6-7 ਗੱਡੀਆਂ ਪਾਣੀ। ਧੰਨਵਾਦ ਆ ਮੁੰਡਿਆਂ ਦਾ, ਇਹਨਾਂ ਦਾ, ਫਾਇਰ ਬ੍ਰਿਗੇਡ ਵਾਲਿਆਂ ਦਾ, ਵਿਚਾਰਿਆਂ ਦਾ, ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਆ ਸਾਰਿਆਂ ਨੇ, ਸਾਰਾ ਮੁਹੱਲੇ ਨੇ, ਸਾਰੇ ਦੁਕਾਨਾਂ ਵਾਲਿਆਂ ਨੇ ਬਹੁਤ ਮਦਦ ਕਰਕੇ ਅੱਗ 'ਤੇ ਕਾਬੂ ਪਾਇਆ। ਸੋ ਦੇਖਦੇ ਹਾਂ ਇਹਨਾਂ ਦਾ ਬਾਅਦ 'ਚ ਵੀ ਕਿੰਨਾ ਕੁ ਨੁਕਸਾਨ, ਜੋ ਮੁਆਵਜ਼ਾ ਇਹਨਾਂ ਨੂੰ ਦੇਵੇ ਸਰਕਾਰ, ਜਿੰਨਾ ਗਰੀਬ ਬੰਦੇ ਨੇ ਜੀ, ਅਤੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਕਿੰਨੇ ਲੱਖ ਦਾ ਨੁਕਸਾਨ? ਅਜੇ ਕੁਛ ਨਹੀਂ, ਇਹ ਬਾਅਦ 'ਚ ਪਤਾ ਲੱਗੂਗਾ ਜੀ ਦੋਨਾਂ। ਮੇਰੀ ਮੰਮੀ ਦੀ ਦੁਕਾਨ ਸੀ ਜੀ, ਮੰਜੂ ਬਾਂਸਲ ਨਾਮ ਆ, ਉਰੇ ਬੈਠਦੇ ਹੁੰਦੇ ਸੀਗੇ, ਜਾਈਆਂ ਦੇ ਅੰਦਰ ਦੀ ਚੱਦਰਾਂ ਖੇਸ ਕਰੈਲਿਆਂ ਦਾ ਕੰਮ ਸੀ, ਖੂਨ ਦਾ ਕੰਮ ਸੀ ਨਾਲ।
ਅੱਛਾ ਕਿੰਨੇ ਲੱਖ ਦਾ ਨੁਕਸਾਨ ਆ? 5-4 ਲੱਖ ਦਾ ਮਾਮੂਲੀ ਜੀ ਗੱਲ ਹੈ ਜੀ। ਕੀ ਮੰਗ ਕਰਨਾ ਚਾਹੁੰਦੇ ਹੋ? ਕੀ ਮੰਗੀ ਹੈ ਜੀ, ਕੀ ਬਸ ਕੁਛ ਨਹੀਂ, ਜੇ ਕੋਈ ਸਰਕਾਰ ਦੇ ਸਕਦੀ ਹੈ ਇੱਥੇ ਕੰਮ ਕਰਦੇ ਹੋ? ਕੀ ਨਾਮ ਹੈ ਮਾਲਕ ਦਾ? ਕੀ ਨਾਮ ਹੈ? ਲਕਸ਼ਮਣ ਦਾਸ। ਕੀ ਹੋਇਆ, ਕੀ ਹੈ? ਅੱਛਾ, ਤਾਰਸ ਪਾਰਕ ਹੋਈ ਹੈ ਇਹਨਾਂ ਦੀ ਬਹੁਤ ਜੀ ਦੁਕਾਨ। ਕਿੰਨੇ ਸਾਲ ਹੋ ਗਏ? 3 ਸਾਲ ਹੋ ਗਏ।